ਜਦੋਂ ਨਾਭੀ ਅਤੇ ਬ੍ਰੇਨ ਦਾ ਸੂਤਰ ਠੀਕ ਨਹੀਂ ਹੈਗਾ, ਉਦੋਂ ਤੱਕ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ, ਜਿੰਨੀਆਂ ਮਰਜ਼ੀ ਕਰੀਮਾਂ ਮਲ ਲਓ, ਜੋ ਮਰਜ਼ੀ ਕਰ ਲਓ, ਮਾਈਗ੍ਰੇਨ ਜਾਂ ਸਿਰ ਦਰਦ ਬੰਦ ਨਹੀਂ ਹੁੰਦਾ। ਜਦੋਂ ਤੁਸੀਂ ਮੰਨ ਲਓ ਕੋਈ ਮਾਂ ਰਾਜਮਾਂ ਕੋਈ ਵੀ ਇੱਦਾਂ ਦੀ ਬਾਏਵਾਦੀ ਵਾਲੀ ਚੀਜ਼ ਖਾਓਗੇ, ਮਾਈਗ੍ਰੇਨ ਹੁੰਦਾ ਜਿਹਨੂੰ, ਉਹਨੂੰ ਬਾਏਵਾਦੀ ਜ਼ਰੂਰ ਹੋਊਗੀ, ਇਹ ਗੱਲ ਨੋਟ ਕਰ ਲਿਓ। ਅਤੇ ਫਿਰ ਕਈ ਵਾਰੀ ਲੋਕ ਕਹਿੰਦੇ ਨਾ ਲਾਈਟਾਂ ਬੰਦ ਕਰ ਦਿਉ, ਹਨੇਰਾ ਕਰ ਦਿਉ ਤਾਂ ਇਹ ਸ਼ਾਂਤ ਹੋਊਗਾ, ਫਿਰ ਉਹਨੂੰ ਕਿਸੇ ਦੀ ਗੱਲ ਵੀ ਚੰਗੀ ਨਹੀਂ ਲੱਗਦੀ, ਉਸਨੂੰ ਉਲਟੀ ਆਉਣ ਤੋਂ ਬਾਅਦ ਸਿਰ ਦਰਦ ਟਿਕਦਾ, ਸਰੀਰ ਸ਼ਾਂਤ ਹੁੰਦਾ, ਤਾਂ ਇਟ ਮੀਨਜ਼ ਤੁਹਾਨੂੰ ਮਾਈਗ੍ਰੇਨ ਨਹੀਂ ਹੈਗਾ। ਇਹ ਜਦੋਂ ਗੈਸ ਚੜ੍ਹਦੀ ਹੈ ਨਾ ਦਿਮਾਗ ਨੂੰ, ਤਾਂ ਉਹ ਆਈਸਾਈਟ 'ਤੇ ਇਫੈਕਟ ਤਾਂ ਹੋਣਾ ਹੀ ਹੋਣਾ, ਜਿੰਨਾ ਵੀ ENT ਸਿਸਟਮ ਹੈ ਉੱਪਰ ਦਾ, ਗਰਦਨ ਤੋਂ ਉੱਪਰ ਦਾ ਜਿੰਨਾ ਵੀ ਸਿਸਟਮ ਹੈ, ਇਹ ਸਾਰਾ ਗੈਸ ਸਿਸਟਮ ਉੱਥੇ ਜਾ ਕੇ ਜਮ੍ਹਾਂ ਹੋ ਜਾਂਦਾ। ਬਹੁਤ ਜ਼ਿਆਦਾ ਮਤਲਬ ਪੈਰਾਂ 'ਚ ਅੱਗ ਨਿਕਲਦੀ ਹੈ, ਜਲਦੇ ਨੇ ਪੈਰ, ਉਹਨਾਂ ਲੋਕਾਂ ਨੂੰ ਕਈ ਵਾਰੀ ਉਹ ਬਰਫ਼ ਵਾਲੇ ਪਾਣੀ 'ਚ ਪੈਰ ਰੱਖਦੇ ਆ, ਕੁਛ ਹੋਰ ਕਰਦੇ ਆ, ਸ਼ਾਂਤੀ ਫਿਰ ਵੀ ਨਹੀਂ ਮਿਲਦੀ। ਤਾਂ ਉਹਦੇ ਵਾਸਤੇ ਸਭ ਤੋਂ ਬੈਸਟ ਇੱਕ ਚੀਜ਼ ਦੱਸਣ ਜਾ ਰਿਹਾ, ਤੁਹਾਡੀ ਰਸੋਈ 'ਚ ਤੁਹਾਡੇ ਘਰੇ ਖੁਦ ਬਣਾਓ। ਅਸੀਂ ਸਾਰਿਆਂ ਨੇ ਕਦੇ ਨਾ ਕਦੇ ਸਿਰ ਦਰਦ ਜ਼ਰੂਰ ਮਹਿਸੂਸ ਕੀਤਾ ਹੁੰਦਾ ਹੈ, ਕਦੇ ਤਾਂ ਜ਼ਿਆਦਾ ਥਕਾਵਟ ਕਰਕੇ ਸਿਰ ਦਰਦ ਹੁੰਦਾ ਹੈ, ਕਦੇ ਕੰਮ ਦੇ ਵਰਕਲੋਡ ਦੇ ਨਾਲ, ਕਦੇ ਨੀਂਦ ਪੂਰੀ ਨਾ ਹੋਣ ਕਰਕੇ, ਕਦੇ ਭੁੱਖ ਦੇ ਨਾਲ ਵੀ ਸਿਰ ਦਰਦ ਹੋ ਜਾਂਦਾ ਹੈ। ਪਰ ਇਹ ਸਿਰ ਦਰਦ ਦਵਾਈ ਖਾ ਕੇ ਜਾਂ ਰੈਸਟ ਕਰਕੇ ਥੋੜ੍ਹੀ ਦੇਰ ਬਾਅਦ ਠੀਕ ਹੋ ਜਾਂਦਾ ਹੈ, ਪਰ ਇੱਕ ਸਿਰ ਦਰਦ ਅਜਿਹਾ ਹੁੰਦਾ ਹੈ ਜੋ ਸਹਿਣ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਜਿਸਦਾ ਜੋ ਇਹ ਦਰਦ ਸਹਿਣ ਕਰ ਰਿਹਾ ਹੁੰਦਾ, ਉਹੀ ਸਮਝਦਾ ਹੈ ਕਿ ਸਿਰ ਦਰਦ ਕਿੰਨਾ ਭਿਆਨਕ ਹੁੰਦਾ ਹੈ। ਮੈਂ ਗੱਲ ਕਰ ਰਹੀ ਹਾਂ ਜੀ ਅੱਜ ਮਾਈਗ੍ਰੇਨ ਦੇ ਨਾਲ ਹੋਣ ਵਾਲੇ ਸਿਰ ਦਰਦ ਦੀ। ਅੱਜ ਦੇ ਇਸ ਖਾਸ ਹੈਲਥ ਸ਼ੋਅ ਦੇ ਵਿੱਚ ਆਪਾਂ ਮਾਈਗ੍ਰੇਨ ਬਾਰੇ ਗੱਲ ਕਰਾਂਗੇ, ਮਾਈਗ੍ਰੇਨ ਦੇ ਨਾਲ ਹੋਣ ਵਾਲੇ ਸਿਰ ਦਰਦ ਬਾਰੇ ਗੱਲ ਕਰਾਂਗੇ, ਅਤੇ ਆਖਿਰ ਕਿਵੇਂ ਘਰੇਲੂ ਨੁਸਖਿਆਂ ਦੇ ਨਾਲ ਘਰ ਦੇ ਵਿੱਚ ਅਸੀਂ ਆਪਣੀਆਂ ਛੋਟੀਆਂ ਛੋਟੀਆਂ ਆਦਤਾਂ ਬਦਲ ਕੇ ਇਸ ਦਰਦ ਤੋਂ ਰਾਹਤ ਪਾ ਸਕਦੇ ਹਾਂ, ਇਸ ਦੇ ਉੱਪਰ ਗੱਲ ਕਰਾਂਗੇ। ਸਵਾਗਤ ਹੈ ਜੀ ਸਾਰਿਆਂ ਦਾ, ਸਤਿ ਸ਼੍ਰੀ ਅਕਾਲ, ਇਸ ਖਾਸ ਹੈਲਥ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਹਰਜੋਤ ਕੌਰ, ਅਤੇ ਅੱਜ ਮਾਈਗ੍ਰੇਨ ਅਤੇ ਮਾਈਗ੍ਰੇਨ ਦੇ ਨਾਲ ਹੋਣ ਵਾਲੇ ਤੇਜ਼ ਸਿਰ ਦਰਦ ਬਾਰੇ ਖਾਸ ਜਾਣਕਾਰੀ ਔਰ ਬਹੁਤ ਸਾਰੇ ਘਰੇਲੂ ਨੁਸਖੇ ਤੁਹਾਡੇ ਨਾਲ ਸਾਂਝੇ ਕਰਨਗੇ। ਅਸੀਂ ਖਾਸ ਤੌਰ 'ਤੇ ਇਨਵਾਈਟ ਕੀਤਾ ਹੈ ਜੀ ਵੈਦਵਾਨ ਆਯੁਰਵੈਦਾ ਦੇ MD ਮਿਸਟਰ ਸੁਭਾਸ਼ ਗੋਇਲ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਸੋ ਸਰ, ਪਹਿਲਾਂ ਤਾਂ ਇਹੀ ਆਪਾਂ ਗੱਲ ਜੇਕਰ ਕਰੀਏ, ਸਿਰ ਦਰਦ ਕਈ ਤਰ੍ਹਾਂ ਦੇ ਸਿਰ ਦਰਦ ਹੁੰਦੇ ਨੇ, ਪਰ ਮਾਈਗ੍ਰੇਨ ਦੇ ਸਿਰ ਦਰਦ ਦੀ ਜਿਵੇਂ ਕਿ ਮੈਂ ਗੱਲ ਕੀਤੀ ਹੈ, ਸਹਿਣ ਹੀ ਨਹੀਂ ਹੁੰਦਾ, ਤੇਜ਼ ਆਵਾਜ਼, ਤੇਜ਼ ਰੋਸ਼ਨੀ ਹੈ, ਕਿਸੇ ਤੇਜ਼ ਸਮੈਲ ਦੇ ਨਾਲ ਵੀ ਇਹ ਅਚਾਨਕ ਬਹੁਤ ਜ਼ਿਆਦਾ ਵੱਧ ਜਾਂਦਾ। ਸੋ ਪਹਿਲਾਂ ਤਾਂ ਇਹ ਜ਼ਰੂਰ ਦੱਸੋ ਆਖਿਰ ਇਸ ਪਿੱਛੇ ਕਾਰਨ ਕੀ ਰਹਿੰਦੇ ਨੇ, ਜਿਹੜਾ ਮਾਈਗ੍ਰੇਨ ਦੀ ਪ੍ਰੋਬਲਮ ਹੁੰਦੀ ਹੈ ਜਾਂ ਮਾਈਗ੍ਰੇਨ ਦੇ ਨਾਲ ਤੇਜ਼ ਸਿਰ ਦਰਦ ਹੁੰਦਾ, ਇਸ ਬਾਰੇ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਉਹ ਸਿਰ ਦਰਦ ਹੈ ਜਾਂ ਪੇਟ ਗੈਸ ਹੈ ਜੀ। ਕਈ ਵਾਰੀ ਨਾਭੀ ਚੱਕਰ ਅਤੇ ਬ੍ਰੇਨ, ਇਹਨਾਂ ਇੱਕ ਬ੍ਰੇਨ ਦਾ ਔਰ ਨਾਭੀ ਦਾ ਸੂਤਰ ਹੁੰਦਾ, ਜਦੋਂ ਨਾਭੀ ਅਤੇ ਬ੍ਰੇਨ ਦਾ ਸੂਤਰ ਠੀਕ ਨਹੀਂ ਹੈਗਾ, ਉਦੋਂ ਤੱਕ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ, ਜਿੰਨੀਆਂ ਮਰਜ਼ੀ ਕਰੀਮਾਂ ਮਲ ਲਓ, ਜੋ ਮਰਜ਼ੀ ਕਰ ਲਓ, ਮਾਈਗ੍ਰੇਨ ਜਾਂ ਸਿਰ ਦਰਦ ਬੰਦ ਨਹੀਂ ਹੁੰਦਾ। ਸਿਰਫ ਲੋਕ ਪੇਨ ਕਿਲਰ ਖਾ ਲੈਂਦੇ ਆ, ਔਰ ਪੇਨ ਕਿਲਰ ਖਾ ਕੇ ਥੋੜ੍ਹਾ ਟਾਈਮ ਉਹਨਾਂ ਦਾ ਲੰਘ ਜਾਂਦਾ, ਫਿਰ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਤਾਂ ਇਹ ਰਿਹਾ ਮਾਈਗ੍ਰੇਨ ਦਾ ਮੁੱਖ ਕਾਰਨ, ਹੈ ਕਿ ਪੇਟ ਦੇ ਵਿੱਚ ਗੈਸ ਹੈ, ਕਬਜ਼ ਹੈ, ਜਾਂ ਪੇਟ ਖਰਾਬ ਰਹਿੰਦਾ ਤਾਂ ਗੈਸ ਬਣ ਕੇ, ਜਦੋਂ ਤੁਸੀਂ ਮੰਨ ਲਓ ਕੋਈ ਮਾਂ ਰਾਜਮਾਂ ਕੋਈ ਵੀ ਇੱਦਾਂ ਦੀ ਬਾਏਵਾਦੀ ਵਾਲੀ ਚੀਜ਼ ਖਾਓਗੇ, ਮਾਈਗ੍ਰੇਨ ਹੁੰਦਾ ਜਿਹਨੂੰ, ਉਹਨੂੰ ਬਾਏਵਾਦੀ ਜ਼ਰੂਰ ਹੋਊਗੀ, ਇਹ ਗੱਲ ਨੋਟ ਕਰ ਲਿਓ। ਅਤੇ ਉਹ ਜਦੋਂ ਬਾਏਵਾਦੀ ਵਾਲੀ ਚੀਜ਼ ਤੁਸੀਂ ਖਾਓਗੇ ਤਾਂ ਉਹ ਨੈਚੁਰਲੀ ਹੈ ਕਿ ਉਹ ਗੈਸ ਬਣੂਗੀ, ਗੈਸ ਬਣੂਗੀ ਫਿਰ ਉਹ ਗੁਬਾਰਾ ਚੜੂਗਾ ਦਿਮਾਗ ਨੂੰ, ਅਤੇ ਫਿਰ ਕਈ ਵਾਰੀ ਲੋਕ ਕਹਿੰਦੇ ਨਾ ਲਾਈਟਾਂ ਬੰਦ ਕਰ ਦਿਉ, ਹਨੇਰਾ ਕਰ ਦਿਉ ਤਾਂ
ਇਹ ਸ਼ਾਂਤ ਹੋਊਗਾ। ਫਿਰ ਉਹਨੂੰ ਕਿਸੇ ਦੀ ਗੱਲ ਵੀ ਚੰਗੀ ਨਹੀਂ ਲੱਗਦੀ ਉਹਨੂੰ, ਮਤਲਬ ਜੇ ਕੋਈ ਕਹਿ ਦੇਵੇ ਨਾ ਵੀ ਆ 9 ਲੱਖਾਂ ਪਾ ਕੇ ਦਿਖਾਈ ਗੱਲ 'ਚ, ਉਹਨੂੰ ਉਹ ਵੀ ਬੁਰਾ ਲੱਗਦਾ, ਲਾਲਾ ਮਾਰਦਾ ਉਹ। ਅਤੇ ਇਸ ਕਰਕੇ ਉਹਨਾਂ ਲੋਕਾਂ ਵਾਸਤੇ ਜਦੋਂ ਫਿਰ ਉਹ ਉਲਟੀ ਕਰ ਲੈਂਦੇ ਨੇ ਉਂਗਲੀ ਉਂਗਲੀ ਮਾਰ ਕੇ ਜਾਂ ਵੈਸੇ ਹੀ ਉਲਟੀ ਹੋ ਗਈ ਤਾਂ ਫਿਰ ਥੋੜ੍ਹੀ ਜਿਹੀ ਉਹਨਾਂ ਨੂੰ ਚੈਨ ਪੈਂਦੀ ਆ। ਫਿਰ ਉਹ ਕਹਿੰਦੇ ਨੇ ਥੋੜ੍ਹਾ ਜਿਹਾ ਨਿੰਬੂ ਪਾਣੀ ਪਿਲਾ ਦਿਉ, ਕੁਛ ਕਰ ਦਿਉ, ਮੈਂ ਠੀਕ ਜਿਹਾ ਹੋ ਗਿਆ। ਮਤਲਬ ਇਹ ਇੱਕ ਉਹਦਾ ਮੁੱਖ ਸਿਮਟਮ ਆ। ਜੇ ਤੁਹਾਨੂੰ ਉਲਟੀ ਆਉਣ ਤੋਂ ਬਾਅਦ ਸਿਰ ਦਰਦ ਟਿਕਦਾ, ਸਰੀਰ ਸ਼ਾਂਤ ਹੁੰਦਾ, ਤਾਂ ਇੱਟ ਮੀਨਜ਼ ਤੁਹਾਨੂੰ ਮਾਈਗ੍ਰੇਨ ਨਹੀਂ ਹੈਗਾ, ਤੁਹਾਨੂੰ ਪੇਟ ਗੈਸ ਹੈ, ਤੁਹਾਨੂੰ ਗੈਸ ਦਾ ਇਲਾਜ ਕਰਨਾ ਚਾਹੀਦਾ। ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਮਾਰਕੀਟ 'ਚ ਮੌਜੂਦ ਨੇ। ਜੇ ਤੁਹਾਨੂੰ ਲੱਗਦਾ ਵੀ ਇਹਦੇ ਵਾਸਤੇ ਗੋਇਲ ਸਾਹਿਬ ਜਾਂ ਉਹਨਾਂ ਦੇ ਡਾਕਟਰ ਜਿਹੜੇ ਵੈਦ ਆ ਉਹ ਸਾਨੂੰ ਕੋਈ ਹੱਲ ਕਰ ਸਕਦੇ ਨੇ, ਤਾਂ ਤੁਸੀਂ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਸਾਡੇ ਨਾਲ ਵੀ। ਹਾਂਜੀ, ਜਿਵੇਂ ਤੁਸੀਂ ਹੁਣੇ ਮਾਈਗ੍ਰੇਨ ਬਾਰੇ, ਮਾਈਗ੍ਰੇਨ ਨਾਲ ਹੋਣ ਬਾਰੇ, ਸਿਰਦਰਦ ਬਾਰੇ ਗੱਲ ਕੀਤੀ ਹੈ, ਅਤੇ ਜਿਹੜੇ ਮਾਈਗ੍ਰੇਨ ਦੀ ਪ੍ਰੋਬਲਮ 'ਚੋਂ ਗੁਜ਼ਰ ਰਹੇ ਹੁੰਦੇ ਨੇ, ਸੋ ਉਹਨਾਂ ਦਾ ਕਈਆਂ ਦੀ ਇਹ ਵੀ ਸ਼ਿਕਾਇਤ ਹੁੰਦੀ ਹੈ ਆਪਣੀ ਆਈਸਾਈਟ ਨੂੰ ਲੈ ਕੇ, ਧੁੰਦਲਾ ਨਜ਼ਰ ਆਉਣ ਲੱਗਦਾ, ਕਈਆਂ ਨੂੰ ਕਾਲੇ ਧੱਬੇ ਦੀ ਤਰ੍ਹਾਂ ਕੁਛ ਨਜ਼ਰ ਆਉਣ ਲੱਗਦਾ, ਸੋ ਇਸਦੇ ਬਾਰੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦਰਸ਼ਕਾਂ ਦੇ ਨਾਲ। ਉਹ ਨੈਚੁਰਲੀ ਹੈ ਜੀ, ਇਹ ਜਦੋਂ ਗੈਸ ਚੜ੍ਹਦੀ ਹੈ ਨਾ ਦਿਮਾਗ ਨੂੰ ਤਾਂ ਉਹ ਆਈਸਾਈਟ 'ਤੇ ਇਫੈਕਟ ਤਾਂ ਹੋਣਾ ਹੀ ਹੋਣਾ, ਇਕੱਲਾ ਵਿਜ਼ਨ ਬਲਰ ਨਹੀਂ ਹੁੰਦਾ, ਵਾਲ ਵੀ ਝੜਦੇ ਆ ਬੰਦੇ ਦੇ, ਵਾਲਾਂ ਦੇ ਵਿੱਚ 2 ਮੂਹੇ ਹੋ ਜਾਂਦੇ ਨੇ, ਵਾਲ ਰੁੱਖੇ ਹੋ ਜਾਂਦੇ ਆ, ਅੱਖਾਂ ਦੀ ਨਜ਼ਰ ਘਟਣੀ ਸ਼ੁਰੂ ਹੋ ਜਾਂਦੀ ਹੈ, ਦੰਦ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ। ਇੱਟ ਮੀਨਸ ਜਿੰਨਾ ਵੀ ENT ਸਿਸਟਮ ਹੈ ਉੱਪਰ ਦਾ, ਗਰਦਨ ਤੋਂ ਉੱਪਰ ਦਾ ਜਿੰਨਾ ਵੀ ਸਿਸਟਮ ਹੈ, ਇਹ ਸਾਰਾ ਗੈਸ ਸਿਸਟਮ ਉੱਥੇ ਜਾ ਕੇ ਜਮ੍ਹਾਂ ਹੋ ਜਾਂਦਾ। ਅੱਛਾ, ਕਈਆਂ ਦੇ ਸਿਰ 'ਚ ਨਹੀਂ ਹੁੰਦਾ, ਕਈਆਂ ਦੇ ਪੈਰਾਂ 'ਚ ਹੋ ਜਾਂਦਾ ਪੁੱਠਾ, ਉਹਨਾਂ ਦੇ ਪੈਰਾਂ 'ਚੋਂ ਅੱਗ ਨਿਕਲੀ ਜਾਊਗੀ, ਸਿਆਲਾਂ 'ਚ ਵੀ ਰਜਾਈ 'ਚੋਂ ਬਾਹਰ ਪੈਰ ਰੱਖਣਗੇ, ਬਹੁਤ ਜ਼ਿਆਦਾ ਮਤਲਬ ਪੈਰਾਂ 'ਚੋਂ ਅੱਗ ਨਿਕਲਦੀ ਹੈ, ਜਲਦੇ ਨੇ ਪੈਰ। ਉਹਨਾਂ ਲੋਕਾਂ ਨੂੰ ਕਈ ਵਾਰੀ ਉਹ ਬਰਫ਼ ਵਾਲੇ ਪਾਣੀ 'ਚ ਪੈਰ ਰੱਖਦੇ ਆ, ਕੁਛ ਹੋਰ ਕਰਦੇ ਆ, ਸ਼ਾਂਤੀ ਫਿਰ ਵੀ ਨਹੀਂ ਮਿਲਦੀ। ਰੌਲਾ ਤਾਂ ਧੁੰਨੀ ਦਾ, ਧੁੰਨੀ ਸੈੱਟ ਕਰੋਗੇ ਤਾਂ ਤੁਹਾਡਾ ਪੈਰ ਜਾਂ ਦਿਮਾਗ ਸੈੱਟ ਹੋਊਗਾ। ਤਾਂ ਉਹਦੇ ਵਾਸਤੇ ਸਭ ਤੋਂ ਬੈਸਟ ਇੱਕ ਚੀਜ਼ ਦੱਸਣ ਜਾ ਰਿਹਾ, ਤੁਹਾਡੀ ਰਸੋਈ 'ਚ ਤੁਹਾਡੇ ਘਰ ਖੁਦ ਬਣਾਓ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਪੇਟ 'ਚ ਫੂਡ ਜਾਂਦਾ, ਜੋ ਵੀ ਤੁਸੀਂ ਪਹਿਲੀ ਚੀਜ਼ ਮੂੰਹ ਰਾਹੀਂ ਅੰਦਰ ਲੈ ਕੇ ਜਾਂਦੇ ਹੋ ਸਵੇਰੇ ਉੱਠ ਕੇ ਬ੍ਰਸ਼ ਕਰਨ ਤੋਂ ਬਾਅਦ, ਇੱਕ ਤਾਂ ਬ੍ਰਸ਼ ਕਰਿਆ ਕਰੋ ਪੂਰਾ ਕਮਲਿਆਂ ਵਾਂਗੂ, ਧੜ 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 ਪੂਰਾ ਕੱਢਿਆ ਕਰੋ ਅੰਦਰੋਂ। ਬ੍ਰਸ਼ ਜਦੋਂ ਕਰਦੇ ਹੋ ਪੂਰਾ ਜ਼ੋਰਦਾਰ ਬ੍ਰਸ਼ ਕਰੋ, ਤਾਂ ਕਿ ਪਤਾ ਲੱਗੇ ਗਵਾਂਢੀਆਂ ਨੂੰ ਵੀ ਹਾਂ ਬ੍ਰਸ਼ ਹੋ ਰਿਹਾ। ਤਾਂ ਇੱਕ ਤਾਂ ਬ੍ਰਸ਼ ਜਿਹੜਾ ਹੈਗਾ ਉਹੀ ਤੁਹਾਡਾ ਉਹ ਇੰਟਰਨਲ ਇਸ਼ਨਾਨ ਹੈ, ਮੈਂ ਤੁਹਾਨੂੰ ਦੱਸਦਾ। ਇੱਕ ਤਾਂ ਅਸੀਂ ਉੱਪਰੋਂ ਨਹਾਉਂਦੇ ਹਾਂ ਨਾ, ਜੇ ਅੰਦਰੋਂ ਨਹਾਉਣਾ ਤਾਂ ਬ੍ਰਸ਼ ਚੰਗੀ ਤਰ੍ਹਾਂ ਕਰੋ, ਜਿਹੜਾ ਪਾਣੀ ਪੂਣੀ ਨਿਕਲਦਾ ਉਹ ਕੱਢੋ, ਜਾਂ ਕੋਸ਼ਿਸ਼ ਕਰੋ ਪਹਿਲਾਂ ਇੱਕ ਗਲਾਸ ਪਾਣੀ ਪੀ ਲਿਆ ਕਰੋ, ਫਿਰ ਕਰੋ ਬ੍ਰਸ਼ ਗਲੇ ਤੱਕ, ਫਿਰ ਦੇਖੋ ਪਾਣੀ ਕੈਸਾ ਨਿਕਲਦਾ ਅੰਦਰੋਂ, ਗੰਦ ਸਾਰਾ ਬਾਹਰ। ਮੇਰੀ ਰਾਏ ਹੈ, ਕਿਤੇ ਕਹੋ ਲਾ ਗੋਇਲ ਸਾਹਿਬ ਦਾ ਹੀ ਮਰ ਜਾਂਦੇ ਆ, ਮੇਰੀ ਰਾਏ ਆ, ਕਰਕੇ ਦੇਖ ਲਿਓ। ਅਤੇ ਦੂਜੀ ਗੱਲ, ਜਿਹੜੀ ਬ੍ਰਸ਼ ਕਰਨ ਤੋਂ ਬਾਅਦ ਪਹਿਲੀ ਚੀਜ਼ ਖਾਣੀ ਹੈ ਤੁਸੀਂ, ਪੀਣੀ ਹੈ ਤੁਸੀਂ, ਉਹ ਧਿਆਨ ਨਾਲ ਸੁਣ ਲਓ। ਉਹ ਤੁਹਾਡੇ ਲਈ ਬਣਿਆ ਹੋਇਆ ਤ੍ਰਿਫਲਾ ਚੂਰਨ, ਚਾਹੇ ਤੁਹਾਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਹੈ, ਜੇ ਤੁਸੀਂ ਚਾਹੁੰਦੇ ਹੋ ਮੈਨੂੰ ਕਦੇ ਕੋਈ ਬਿਮਾਰੀ ਨਾ ਹੋਵੇ ਤਾਂ ਇਹ ਮੰਤਰ ਯਾਦ ਰੱਖਿਓ। ਸਵੇਰੇ ਸਵੇਰੇ ਆਂਵਲਾ, ਆਂਵਲੇ ਦਾ ਮੁਰੱਬਾ ਲੈ ਲਓ, ਉਹਨੂੰ ਚੰਗੀ ਤਰ੍ਹਾਂ ਟੂਟੀ 'ਤੇ ਧੋ ਲਓ, ਧੋ ਕੇ ਸਾਫ਼ ਕਰਕੇ ਉਹਦੀ ਜਿੰਨੀ ਮਿਠਾਸ ਹੈ ਕੋਸ਼ਿਸ਼ ਕਰੋ ਨਿਕਲ ਜੇ, ਪਰ ਨਿਕਲਦੀ ਨਹੀਂ, ਉਹਦੇ ਵਿੱਚ ਰਹਿੰਦੀ ਜ਼ਰੂਰ ਹੈ, ਪਰ ਜਿੰਨੀ ਕੁ ਫਿਰ ਧੋਣ ਧੋਣ ਤੋਂ ਬਾਅਦ ਰਹਿ ਜਾਂਦੀ ਉਹ ਨੁਕਸਾਨ ਨਹੀਂ ਕਰਦੀ। ਉਹਨੂੰ ਸਵੇਰੇ ਸਵੇਰੇ ਖਾਓ, ਦੁੱਧ ਪੀਣਾ ਨਾਲ ਪੀ ਲਓ, ਕੋਈ ਹਰਜ ਨਹੀਂ, ਸਵੇਰੇ ਦੁੱਧ ਅੰਮ੍ਰਿਤ ਦਾ ਕੰਮ ਕਰਦਾ। ਅਤੇ ਉਹ ਖਾ ਕੇ ਉਸ ਤੋਂ 15 ਮਿੰਟ ਬਾਅਦ ਕੋਸ਼ਿਸ਼ ਕਰੋ ਕਿ 15 ਮਿੰਟ ਬਾਅਦ ਸਲਾਦ ਖਾਓ, ਚਿਕੰਦਰ, ਗਾਜਰ, ਟਮਾਟਰ, ਮੂਲੀ, ਸ਼ਲਗਮ, ਜੋ 'ਚ ਕੱਟਣਾ ਕੱਟ ਕੇ। ਇਹਨੂੰ ਕਹਿੰਦੇ ਆ ਪਸ਼ੂ ਆਹਾਰ, ਪਸ਼ੂਆਂ ਵਾਸਤੇ, ਇਨਸਾਨਾਂ ਵਾਸਤੇ ਜਿਹੜਾ ਪਹਿਲਾ ਫੂਡ ਆ ਉਹ ਹੈਗਾ ਪਸ਼ੂ ਆਹਾਰ, ਜਿਹਨੂੰ ਅਸੀਂ ਕਹਿੰਦੇ ਹਾਂ ਕੱਚਾ ਫਲ, ਕੱਚਾ ਸਲਾਦ, ਕੱਚੀਆਂ ਸਬਜ਼ੀਆਂ, ਉਹ ਸਾਡੇ ਲਈ। ਉਹਨੂੰ ਜਦੋਂ ਤੁਸੀਂ ਸਵੇਰੇ ਸਵੇਰੇ ਖਾਓਗੇ
ਤਾਂ ਤੁਹਾਡੇ ਜਿਹੜੇ ਅੰਗ ਨੇ ਅੰਦਰ, ਗੁਰਦੇ, ਫੇਫੜੇ, ਕਿਡਨੀਆਂ, ਇਹ ਫਿਰ ਆਪਸ 'ਚ ਮੀਟਿੰਗ ਕਰਨਗੇ ਵੀ ਅੱਜ ਇਹ ਬੰਦੇ ਨੂੰ ਬੜੀ ਅਕਲ ਆ ਗਈ ਯਾਰ, ਸਵੇਰੇ ਸਵੇਰੇ ਇਹਨੇ ਤਾਂ ਖੁਸ਼ ਕਰਤੇ ਅੱਜ। ਜਦੋਂ ਤੁਸੀਂ ਪਾ ਦਿੰਦੇ ਹੋ ਤਾਂ ਸਵੇਰੇ ਸਵੇਰੇ ਚਾਹ, ਫਿਰ ਇਹ ਭੱਜਦੇ ਨੇ, ਕੋਈ ਸਿਰ ਬਚਾ ਕੇ ਭੱਜਦਾ, ਕੋਈ ਕੱਪੜੇ ਬਚਾ ਕੇ ਭੱਜਦਾ, ਅੰਦਰ ਗੁਰਦੇ ਕਿਡਨੀਆਂ ਇੱਧਰ ਉੱਧਰ ਭੱਜਦੇ ਆ, ਫਿਰ ਉਹ ਕੀ ਕਰਦੇ ਆ, ਕਦੇ ਪੈਰਾਂ 'ਚ ਜਲਣ, ਕਦੇ ਸਿਰ ਨੂੰ ਗੁਬਾਰ, ਕਦੇ ਬੁਖਾਰ, ਕਦੇ ਸਰੀਰ ਥੱਕਿਆ ਜਾ। ਇੱਕ ਵਾਰ ਤਾਂ ਲੱਗਦਾ ਚਾਹ ਪੀ ਕੇ ਸਰੀਰ ਕਿਹੜਾ ਜਿਹਾ ਹੋ ਗਿਆ, ਪਰ ਜਦੋਂ ਫਿਰ ਉੱਤਰਦਾ ਫਿਰ, ਮਤਲਬ ਇਸ ਕਰਕੇ ਸਵੇਰੇ ਸਵੇਰੇ ਗੁੱਡ ਫੂਡ ਖਾਓ। ਪਹਿਲਾ ਫੂਡ ਪੇਟ ਦੇ ਵਿੱਚ ਗੁੱਡ ਜਾਊਗਾ ਤਾਂ ਪੂਰਾ ਦਿਨ ਤੁਹਾਡਾ ਗੁੱਡ ਜਾਓ। ਸੋ ਮੈਂ ਜ਼ਰੂਰ ਇੱਥੇ ਗੱਲ ਕਰਨਾ ਚਾਹੂੰਗੀ ਇਲਾਜ ਨੂੰ ਲੈ ਕੇ, ਜਿਹੜੇ ਮਾਈਗ੍ਰੇਨ ਦੇ ਪੇਨ ਵਿੱਚੋਂ, ਸਿਰ ਅਤੇ ਸਿਰ ਦਰਦ ਦੇ ਪੇਨ ਵਿੱਚੋਂ ਲੰਘ ਰਹੇ ਹੁੰਦੇ ਨੇ, ਕਈ ਤਰ੍ਹਾਂ ਦਾ ਇਲਾਜ ਜੋ ਹੈ ਉਹ ਕਰਕੇ ਦੇਖਦੇ ਨੇ, ਕਈ ਤਰ੍ਹਾਂ ਦੀਆਂ ਦਵਾਈਆਂ ਵੀ ਖਾਂਦੇ ਨੇ, ਪਰ ਇਹ ਤੇਜ਼ ਸਿਰ ਦਰਦ ਜਿਸ ਤੋਂ ਨਿਜਾਤ ਨਹੀਂ ਮਿਲ ਪਾਉਂਦੀ ਹੈ। ਸੋ ਇੱਥੇ ਇਲਾਜ ਦੀ ਵੀ ਆਪਾਂ ਗੱਲ ਜ਼ਰੂਰ ਕਰੀਏ। ਜ਼ਰੂਰ ਦੱਸੋ ਦਰਸ਼ਕਾਂ ਨੂੰ ਕਿ ਆਖਿਰ ਕਿਵੇਂ ਆਪਣੀ ਜ਼ਿੰਦਗੀ ਵਿੱਚ, ਆਪਣੀ ਰੂਟੀਨ ਦੇ ਵਿੱਚ ਕੁਛ ਆਦਤਾਂ ਨੂੰ ਬਦਲ ਕੇ, ਲਾਈਫ ਸਟਾਈਲ ਨੂੰ ਬਦਲ ਕੇ ਇਸ ਪ੍ਰੋਬਲਮ ਤੋਂ ਰਾਹਤ ਪਾਈ ਜਾ ਸਕਦੀ ਹੈ। ਮੈਂ ਜ਼ਰੂਰ ਚਾਹੂੰਗੀ ਕਿ ਜਿਵੇਂ ਤੁਸੀਂ ਹਰ ਵਾਰੀ ਵਧੀਆ ਵਧੀਆ ਘਰੇਲੂ ਨੁਸਖੇ ਦੱਸਦੇ ਹੋ, ਅੱਜ ਵੀ ਮਾਈਗ੍ਰੇਨ ਨੂੰ ਲੈ ਕੇ ਕੁਛ ਨੁਸਖੇ ਜ਼ਰੂਰ ਸਾਂਝੇ ਕਰਿਓ। ਮਾਈਗ੍ਰੇਨ ਨੂੰ ਘਰੇ ਠੀਕ ਕਰ ਸਕਦੇ ਹਾਂ। ਅੱਛਾ, ਇਹਦੀ ਦਵਾਈ ਸੁਣ ਲਓ। ਜਿਨ੍ਹਾਂ ਨੂੰ ਪੱਕਾ ਮਾਈਗ੍ਰੇਨ ਪ੍ਰੋਬਲਮ ਆ, ਉਹਨਾਂ ਨੂੰ ਦਵਾਈ ਦੀ ਵੀ ਲੋੜ ਪੈਂਦੀ ਆ। ਉਹਨਾਂ ਦੀ ਦਵਾਈ ਆ ਤ੍ਰਿਫਲਾ ਚੂਰਨ, ਹਰੜ, ਬਿਹੜਾ ਅਤੇ ਆਂਵਲਾ, ਤਿੰਨ ਚੀਜ਼ਾਂ ਦਾ ਤ੍ਰਿਫਲਾ, ਔਰ ਹਰੜ ਉਹ 'ਚ 1%, ਬਿਹੜਾ 2%, ਆਂਵਲਾ 4%। ਜੇ ਇਸ ਰੇਸ਼ੋ ਦੇ ਵਿੱਚ ਬਣਿਆ ਹੋਇਆ ਤਾਂ ਲੈਣਾ। ਜਿਹੜਾ ਸਿੰਪਲ ਤ੍ਰਿਫਲਾ ਉਹ ਤੁਹਾਨੂੰ ਠੀਕ ਆ, ਖਾਈ ਜਾਓ ਜਿੰਨੀ ਦੇਰ ਖਾਣਾ ਖਾਈ ਜਾਓ, ਫਾਇਦਾ ਤਾਂ ਕਰੂਗਾ, ਪਰ ਜਿਹੜੇ ਫਾਇਦੇ ਲਈ ਅਸੀਂ ਖਾ ਰਹੇ ਹਾਂ ਸ਼ਾਇਦ ਉੱਥੇ ਨਾ ਕੰਮ ਕਰੇ। 1/4 ਤ੍ਰਿਫਲਾ ਪਾਊਡਰ ਇਹ ਲੈਣਾ ਆਪਾਂ ਨੇ, ਔਰ ਇਸ ਪਾਊਡਰ ਨੂੰ 5 ਗ੍ਰਾਮ 5 ਵਜੇ ਰਾਤ ਨੂੰ, ਸਵੇਰ ਦੇ ਨਹੀਂ ਰਾਤ ਦੇ, 5 ਗ੍ਰਾਮ 5 ਵਜੇ ਲੈ ਲਓ, ਮਜ਼ਾ ਆਊਗਾ ਜ਼ਿੰਦਗੀ ਦਾ। ਕੋਈ ਵੀ ਚੰਗੀ ਚੀਜ਼ ਆ, ਕੋਈ ਵੀ ਚੰਗਾ ਦੋਸਤ ਹੈ, ਕੋਈ ਵੀ ਚੰਗੀ ਚੀਜ਼ ਆ, ਉਹ ਥੋੜ੍ਹੀ ਜਿਹੀ ਲੜਦੀ ਹੈ ਜੀ। ਇਹ ਤ੍ਰਿਫਲਾ ਵੀ ਹੋ ਸਕਦਾ 2-3 ਦਿਨ ਲਾ ਦੇਵੇ ਤੁਹਾਡੇ ਨਾਲ ਦੋਸਤੀ ਕਰਨ ਨੂੰ, ਪਰ ਜਿੱਦਣ ਤੁਹਾਡੇ ਨਾਲ ਇਹ ਬੋਡੀ 'ਚ ਫਰੈਂਡਲੀ ਹੋ ਗਿਆ, ਫਿਰ ਇਸ ਤੋਂ ਵਧੀਆ ਕੋਈ ਵੈਦ, ਕੋਈ ਡਾਕਟਰ, ਕੋਈ ਹਸਪਤਾਲ ਨਹੀਂ। ਇਹਨੇ ਜ਼ਿੰਦਗੀ ਭਰ ਤੁਹਾਨੂੰ ਐਮਰਜੈਂਸੀ 'ਚ ਨਹੀਂ ਜਾਣ ਦੇਣਾ, ਇਹਨੇ ਤੁਹਾਨੂੰ ਅੰਦਰੋਂ ਬਚਾ ਕੇ ਰੱਖਣਾ। ਹਾਰਟ, ਬ੍ਰੇਨ ਔਰ ਲੀਵਰ, ਤੁਹਾਡੇ ਗੁਰਦੇ, ਤੁਹਾਡੇ ਜਿਹੜੀਆਂ ਅੰਤੜੀਆਂ ਨੇ ਪੇਟ ਦੀਆਂ, ਸਭ ਕਲੀਨ ਸਾਫ਼ ਰਹਿਣਗੀਆਂ। ਇਹ ਤੁਹਾਡਾ ਐਡਾ ਵਧੀਆ ਮਿੱਤਰ ਬਣੂਗਾ। ਔਰ ਦੂਜੀ ਚੀਜ਼ ਹੋਰ ਹੈ ਜਿਹੜੀ ਮਾਈਗ੍ਰੇਨ ਦਾ ਦਰਦ ਰਹਿੰਦਾ, ਪ੍ਰਵਾਲ ਪਿਸ਼ਟੀ, ਮੁਕਤਾ ਸ਼ੁਕਤੀ ਪਿਸ਼ਟੀ, ਗੁਦੰਤੀ ਭਸਮ, ਇਹ ਸਾਡੇ ਵੈਦ ਜੀ ਦਿੰਦੇ ਆ ਮਰੀਜ਼ਾਂ ਨੂੰ ਮਿਲਾ ਕੇ। ਔਰ ਇਹਦੇ ਵਿੱਚ ਹੋਰ ਜਿਹੜੀ ਚੀਜ਼ ਪਾਉਂਦੇ ਆ, ਉਹ ਪਾਉਂਦੇ ਅਸ਼ਵਗੰਧਾ ਪਾਊਡਰ, ਕਿਉਂਕਿ ਅਸ਼ਵਗੰਧਾ ਜਿਹੜਾ ਹੈਗਾ ਸਾਡੇ ਵੈਦ ਜੀ ਕਹਿੰਦੇ ਹੁੰਦੇ ਆ ਕਿ ਇਹ ਨਰਵ ਸਿਸਟਮ ਨੂੰ ਤਾਕਤ ਦਿੰਦਾ, ਨਾੜਾਂ ਨੂੰ ਤਾਕਤ। ਇਹ 4 ਚੀਜ਼ਾਂ ਦਾ ਯੋਗ ਬਣਿਆ ਬ੍ਰੇਨ ਡੋਜ਼ ਕੈਪਸੂਲ ਦੇ ਰੂਪ 'ਚ, ਇਹ ਤੁਹਾਡੇ ਅੱਗੇ ਪੇਸ਼ ਹੈ ਜੀ। ਅਸ਼ਵਗੰਧਾ, ਗੁਦੰਤੀ, ਮੁਕਤਾ ਸ਼ੁਕਤੀ, ਪ੍ਰਵਾਲ ਪਿਸ਼ਟੀ। ਲਓ ਜੀ, ਇੱਕ ਹੋਰ ਚੀਜ਼ ਦੱਸਦਾ ਤੁਹਾਨੂੰ, ਇਹਦੇ ਵਿੱਚ ਸਪਤਾਮ੍ਰਿਤ ਲੋਹ ਵੀ ਪਾਇਆ, ਦਿਮਾਗ ਦੀਆਂ ਨਸਾਂ ਨੂੰ ਤਾਕਤ ਦਿੰਦਾ, ਔਰ ਅੱਖਾਂ ਦੀ ਰੋਸ਼ਨੀ ਨੂੰ ਮਜ਼ਬੂਤ ਕਰਦਾ, ਸਟਰੋਂਗ ਕਰਦਾ ਰੋਸ਼ਨੀ ਨੂੰ। ਮਤਲਬ ਕਿ ਤੁਹਾਡੀ ਜੇ ਐਨਕ ਲੱਗੀ ਹੈ ਜਿਵੇਂ ਮੇਰੇ ਲੱਗੀ ਆ, ਨੰਬਰ ਉੱਥੇ ਹੀ ਰੁਕ ਜਾਂਦਾ, ਜੇ ਬੱਚਿਆਂ ਨੂੰ ਦਿੰਦੇ ਹਾਂ ਤਾਂ ਬੱਚਿਆਂ ਦਾ ਨੰਬਰ ਉੱਤਰ ਜਾਂਦਾ। ਅਤੇ ਉਸ ਤੋਂ ਬਾਅਦ ਇਹ 'ਚ ਪਾਈ ਗਈ ਆ ਬ੍ਰਹਮੀ, ਬ੍ਰਹਮੀ ਵੀ ਗੋਲਡ ਵਾਲੀ, ਬ੍ਰਹਮੀ ਬਟੀ ਇੱਕ ਆਉਂਦੀ ਹੈ ਜਿਹ 'ਚ ਗੋਲਡ ਵੀ ਹੈ, ਉਹ ਇਹਦੇ 'ਚ। ਇਹ ਬ੍ਰੇਨ ਡੋਜ਼ ਦੇ ਨਾਮ 'ਤੇ ਆ, ਬ੍ਰੇਨ ਡੋਜ਼ ਕੈਪਸੂਲ। ਇਹ 30 ਕੈਪਸੂਲ ਦਾ ਪੈਕ ਹੈ, ਇੱਕ ਰੋਜ਼ ਖਾਣਾ ਹੁੰਦਾ। ਮੈਂ ਨੁਸਖਾ ਤਾਂ ਬੋਲਤਾ, ਚਾਹੇ ਘਰ ਬਣਾ ਲਓ, ਸਮਾਨ ਲਿਆ ਕੇ, ਸਮਾਨ ਮਿਲ ਜਾਂਦਾ ਪੰਸਾਰੀ ਤੋਂ, ਬਸ ਪੰਸਾਰੀ ਚੰਗਾ ਹੋਣਾ ਚਾਹੀਦਾ, ਇਮਾਨਦਾਰ ਪੰਸਾਰੀ ਹੋਣਾ ਚਾਹੀਦਾ। ਐਂ ਨਾ ਹੋਵੇ ਵੀ ਤੁਸੀਂ ਪੰਸਾਰੀ ਤੋਂ ਨੁਸਖਾ ਮੰਗਿਆ, ਉਹ ਚੱਕ ਕੇ ਅੱਗੇ ਬਾਈ ਜੀ ਨੂੰ ਦੇ ਦੇ ਬਣਾ, ਉਹ ਵਿਚਾਰਾ ਉਹ ਵੀ ਅਨਪੜ੍ਹ, ਅੱਗੇ ਤੁਹਾਨੂੰ ਲਿਆ ਕੇ ਜੋ ਵੀ ਦੇ ਦੂ ਤੁਸੀਂ ਪੀਸ ਲਓਗੇ। ਇਹ ਨਹੀਂ, ਇਹ ਰਿਸਰਚ ਪ੍ਰੋਡਕਟ ਹੈ, ਬ੍ਰੇਨ ਡੋਜ਼ ਇੱਦਾਂ ਦਾ ਲੈ ਲਓ, ਅਤੇ 1 ਬ੍ਰੇਨ ਗਜ ਕੇਸਰੀ।
ਹੁਣ ਇਹ ਬ੍ਰੇਨ ਗੱਜ ਕੇਸਰੀ ਅਵਲੇ ਹੈ ਜੀ, ਜਿਵੇਂ ਨਾ ਉਹ ਬਣਿਆ ਹੁੰਦਾ ਚਵਨਪ੍ਰਾਸ਼ ਹੁੰਦਾ, ਚਟਣੀ ਹੁੰਦੀ ਹੈ, ਇਹ ਉਹ ਚੀਜ਼ ਆ। ਇਹ ਬ੍ਰੇਨ ਗੱਜ ਕੇਸਰੀ ਜਿਹੜਾ ਹੈਗਾ ਇਹਦੇ ਵਿੱਚ ਅਮਲਤਾਸ਼ ਜਿਹੜਾ ਤੁਹਾਡੇ ਇੰਟਰਸਟੇਨ ਨੂੰ ਸੈੱਟ ਕਰਦਾ, ਮਤਲਬ ਇਹੋ ਚੀਜ਼ਾਂ ਨੇ ਜਿਹੜੀਆਂ ਫਰੈਸ਼ ਰੱਖਣਗੀਆਂ। ਮਤਲਬ ਜੇ ਤੁਸੀਂ ਮੈਡੀਸਿਨ ਦੀ ਗੱਲ ਕਰੋ, ਜੇ ਤੁਸੀਂ ਇਹ ਵੀ ਸੋਚੋ ਵੀ ਜਾਂਦੇ ਜਾਂਦੇ ਗੋਇਲ ਸਾਹਿਬ ਚੰਗੇ ਭਲੇ ਨੁਸਖੇ ਦੱਸ ਰਹੇ ਤੇ ਘਰ ਦੇ ਦਵਾਈਆਂ ਵੇਚਣ ਲੱਗ ਗਏ ਵਿੱਚ, ਇਹ ਵੀ ਜ਼ਰੂਰੀ ਨੇ, ਪਾਪੀ ਪੇਟ ਦਾ ਸਵਾਲ ਹੈ। ਅਤੇ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ 'ਚ ਨੇ, ਪਰੇਸ਼ਾਨ ਨੇ ਪੇਸ਼ੈਂਟ ਆ ਜਾਂ ਕਰੋਨਿਕ ਬਿਮਾਰੀ ਹੋ ਚੁੱਕੀ ਹੈ, ਤਾਂ ਉੱਥੇ ਫਿਰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਮੈਂ ਨੁਸਖੇ ਤਾਂ ਦੱਸੇ ਨੇ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ, ਤੁਸੀਂ ਘੱਟੋ ਘੱਟ ਘਰ ਬੈਠੇ ਬਿਠਾਏ ਇਹਨਾਂ ਚੀਜ਼ਾਂ ਨੂੰ ਅਜਮਾਓ ਜਿਹੜੀਆਂ ਮੈਂ ਦੱਸੀਆਂ ਨੇ। ਸੋ ਸਰ, ਤੁਸੀਂ ਬਹੁਤ ਹੀ ਵਧੀਆ ਜੋ ਹੈ ਘਰੇਲੂ ਨੁਸਖੇ ਵੀ ਦੱਸੇ ਨੇ ਕਿ ਕਿਵੇਂ ਇਹਨਾਂ ਖਾਸ ਚੀਜ਼ਾਂ ਦੀ ਵਰਤੋਂ ਕਰਕੇ ਖੁਦ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਔਰ ਮਾਈਗ੍ਰੇਨ ਤੋਂ ਰਾਹਤ ਮਿਲ ਸਕਦੀ ਹੈ। ਸੋ ਜਦੋਂ ਗੱਲ ਨੁਸਖਿਆਂ ਦੀ ਆਉਂਦੀ ਹੈ, ਕਈਆਂ ਦੇ ਸਵਾਲ ਸਰ ਸਾਡੇ ਕੋਲ ਇਹ ਵੀ ਆਉਂਦੇ ਨੇ ਕਿ ਇਹ ਨੁਸਖੇ ਸਾਨੂੰ ਅਪਣਾਉਣੇ ਚਾਹੀਦੇ ਨੇ, ਕਿ ਕੀ ਖਾਸ ਵਿਅਕਤੀਆਂ ਨੂੰ ਹੀ ਇਹ ਖਾਸ ਨੁਕਤੇ ਅਪਣਾਉਣੇ ਚਾਹੀਦੇ ਨੇ। ਸੋ ਇਸ ਨੂੰ ਲੈ ਕੇ ਵੀ ਜ਼ਰੂਰ ਗੱਲ ਸਾਂਝੀ ਕਰਿਓ ਕਿ ਕੀ ਨੁਸਖੇ ਅਪਣਾਉਣ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਾਂ ਖਾਸ ਲੋਕਾਂ ਨੂੰ ਹੀ ਇਹ ਨੁਸਖੇ ਅਪਣਾਉਣੇ ਚਾਹੀਦੇ ਨੇ, ਕਿਉਂਕਿ ਕੰਸਰਨ ਇਹ ਹੁੰਦਾ ਸਭ ਦਾ ਕਿ ਕਿਤੇ ਵੀ ਸਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਜਾਏਗਾ, ਕੋਈ ਘਬਰਾਉਣ ਦੀ ਗੱਲ ਨਹੀਂ ਹੈ, ਇਸ ਦੇ ਉੱਪਰ ਤੁਸੀਂ ਕੀ ਕਹੋਗੇ? ਨਹੀਂ, ਇਹ ਸਾਰੀਆਂ ਬੋਡੀ ਨਾਲ ਫਰੈਂਡਲੀ ਨੇ। ਆਮਲਾ ਚੂਰਨ ਕੀ ਹੈ ਜਿਹੜਾ ਨਹੀਂ ਚੱਲੂਗਾ ਬੰਦਾ, ਤ੍ਰਿਫਲਾ ਚੂਰਨ 'ਚ ਹੈ ਕੀ ਹੈ ਜਿਹੜਾ ਨਹੀਂ ਚੱਲੂਗਾ? ਬਸ ਇਹ ਹੈ ਵੀ ਜਦੋਂ ਕੋਈ ਆਪਾਂ ਭਾਂਡਾ ਧੋਣੇ ਆ ਨਾ ਅੰਦਰੋਂ, ਤਾਂ ਥੋੜ੍ਹੀ ਜਿਹੀ ਮੈਲ ਖੁਰਚ ਕੇ ਵੀ ਤਾਂ ਲਾਉਣੀ ਪੈਂਦੀ ਆ, ਤਾਂ ਉਹ ਥੋੜ੍ਹਾ ਜਿਹਾ ਖੁਰਚੂਗਾ, ਇੱਕ ਦੋ ਦਿਨ ਸੈੱਟ ਹੋ ਜੂਗਾ। ਜਿੱਦਾਂ ਸੈੱਟ ਹੋ ਗਿਆ, ਤੁਸੀਂ ਕਹੋਗੇ ਇਹਦੇ ਵਰਗੀ ਰੀਸ ਹੀ ਨਹੀਂ। ਮੈਂ ਕਹਿੰਦਾ ਤੁਸੀਂ ਬੈਠੇ ਤਾਂ ਹੈਗੇ ਆ ਕਰੋੜ ਰੁਪਏ ਦੀ ਗੱਡੀ 'ਚ, ਸੁੱਤੇ ਪਏ ਹੋ 2 ਲੱਖ ਦੇ ਬੈੱਡ 'ਤੇ, ਢਿੱਡ 'ਚ ਹੋਈ ਜਾਂਦੀ ਆ ਗੜਬੜ, ਸਿਰ ਦੁਖੀ ਜਾਂਦਾ, ਮਾਈਗ੍ਰੇਨ ਉਲਟੀਆਂ ਲੱਗੀਆਂ, ਕੀ ਕਰੋਗੇ ਉਹਨਾਂ ਲੱਖਾਂ ਕਰੋੜਾਂ ਨੂੰ? ਇਹ ਜਿਹੜੇ 100-100, 200-200 ਰੁਪਏ ਦੇ ਚੂਰਨ ਨੇ, ਇਹ ਜ਼ਰੂਰ ਖਾਇਆ ਕਰੋ, ਔਰ ਇਹਨਾਂ ਨੂੰ ਖਾਣ ਦੇ ਨਾਲ ਤੁਹਾਨੂੰ ਫਾਇਦੇ ਹੀ ਫਾਇਦੇ ਹੋਣੇ ਨੇ। ਮੈਂ ਨੁਸਖਾ ਉਹੀ ਬੋਲਦਾ ਹੁੰਦਾ ਟੀਵੀ ਚੈਨਲ ਦੇ ਉੱਤੇ ਜਿਹੜਾ ਕਿ 100 ਦੇ 100 ਬੰਦੇ ਨੂੰ ਫਾਇਦਾ ਕਰੇ, ਨਾ ਕਿ ਇਹ ਇਹੋ ਜਿਹਾ ਕੋਈ ਗੱਲ ਹੀ ਨਹੀਂ ਕਰਦਾ ਮੈਂ ਟੀਵੀ 'ਤੇ ਵੀ ਕਿਸੇ ਨੂੰ ਫਾਇਦਾ ਕਰੂੰ, ਕਿਸੇ ਨੂੰ ਨਹੀਂ ਕਰੂੰ, ਕਿਸੇ ਨੂੰ ਨੁਕਸਾਨ ਵੀ ਕਰ ਸਕਦਾ, ਇਹੋ ਜਿਹੀ ਚੀਜ਼ ਬਾਰੇ ਡਿਸਕਸ ਹੀ ਨਹੀਂ ਕਰਦਾ, ਜਿਹਦੇ ਪਿੱਛੇ ਮੈਨੂੰ ਇਹ ਕਹਿਣਾ ਪਵੇ ਵੀ ਇਹ ਨੁਸਖਾ ਵਰਤਣਾ ਕਿਸੇ ਵੈਦ ਦੀ ਸਲਾਹ ਨਾਲ ਵਰਤਿਓ, ਕਿਉਂਕਿ ਮੇਰੇ ਕੋਲ ਆਲਰੇਡੀ 100-150 ਵੈਦ ਆ, ਉਹਨਾਂ ਦੀ ਸਲਾਹ ਨਾਲ ਹੀ ਬੋਲਦੇ ਹਾਂ ਆਪਾਂ, ਟੈਨਸ਼ਨ ਨਾ ਲਓ। ਸੋ ਮੈਂ ਉਮੀਦ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਮਾਈਗ੍ਰੇਨ ਨੂੰ ਲੈ ਕੇ, ਮਾਈਗ੍ਰੇਨ ਦੇ ਨਾਲ ਹੋਣ ਵਾਲੇ ਤੇਜ਼ ਸਿਰਦਰਦ ਨੂੰ ਲੈ ਕੇ ਤੁਹਾਨੂੰ ਕਾਫੀ ਕੁਝ ਨਵਾਂ ਜ਼ਰੂਰ ਜਾਣਨ ਨੂੰ ਮਿਲਿਆ ਹੋਵੇਗਾ। ਜਿਵੇਂ ਕਿ ਸਰ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਤੁਹਾਨੂੰ ਸਮਝਾਇਆ ਕਿ ਕਿਵੇਂ ਤੁਸੀਂ ਆਯੁਰਵੇਦ ਦੀ ਮਦਦ ਦੇ ਨਾਲ ਘਰ ਦੀਆਂ ਕੁਝ ਚੀਜ਼ਾਂ ਦਾ ਸਦਉਪਯੋਗ ਕਰਦੇ ਹੋਏ ਆਪਣੇ ਡੇਲੀ ਲਾਈਫ ਸਟਾਈਲ ਨੂੰ ਚੇਂਜ ਕਰਦੇ ਹੋਏ ਖੁਦ ਨੂੰ ਫਿੱਟ ਐਂਡ ਫਾਈਨ ਬਣਾ ਸਕਦੇ ਹੋ। ਸੋ ਬਹੁਤ ਬਹੁਤ ਥੈਂਕਸ ਸਰ ਤੁਹਾਡਾ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਜੋ ਹੈ ਦਰਸ਼ਕਾਂ ਨੂੰ ਢੇਰ ਸਾਰੀ ਜਾਣਕਾਰੀ ਦਿੱਤੀ ਹੈ, ਘਰੇਲੂ ਨੁਸਖੇ ਦੱਸੇ ਨੇ ਤਾਂ ਕਿ ਖੁਦ ਨੂੰ ਅਸੀਂ ਤੰਦਰੁਸਤ ਬਣਾ ਸਕੀਏ। ਅਤੇ ਅੱਗੋਂ ਮੈਂ ਜ਼ਰੂਰ ਕਹਿਣਾ ਚਾਹੂੰਗੀ ਦਰਸ਼ਕਾਂ ਨੂੰ ਕਿ ਅਗਰ ਤੁਸੀਂ ਕਿਸੇ ਹੋਰ ਖਾਸ ਵਿਸ਼ਿਆਂ 'ਤੇ ਵੀ ਵੀਡੀਓ ਚਾਹੁੰਦੇ ਹੋ, ਘਰੇਲੂ ਨੁਸਖੇ ਜਾਣਨਾ ਚਾਹੁੰਦੇ ਹੋ, ਸਰ ਤੋਂ ਜਾਣਕਾਰੀ ਚਾਹੁੰਦੇ ਹੋ, ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ, ਤਾਂ ਕਿ ਅਸੀਂ ਅੱਗੋਂ ਹੋਰ ਵੀ ਜ਼ਿਆਦਾ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ, ਹੈਲਥ ਇਸ਼ੂਜ਼ ਦੇ ਉੱਪਰ ਅਵੇਅਰ ਕਰਦੇ ਰਹੀਏ ਸਾਰਿਆਂ ਨੂੰ। ਜੇ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਸ਼ੇਅਰ ਇਸ ਲਈ ਕਰਨਾ ਹੈ ਤਾਂ ਕਿ ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਮਾਈਗ੍ਰੇਨ ਦੀ ਕਿਸੇ ਨੂੰ ਪ੍ਰੋਬਲਮ ਨਹੀਂ ਹੈ ਤਾਂ ਬਹੁਤ ਚੰਗੀ ਗੱਲ ਹੈ, ਪਰ ਜੇਕਰ ਤੁਹਾਡੇ ਆਸ ਪਾਸ ਕਿਸੇ ਨੂੰ ਇਹ ਪ੍ਰੋਬਲਮ ਹੈ, ਤੁਹਾਡੇ ਘਰ ਪਰਿਵਾਰ ਤੋਂ ਇਲਾਵਾ ਤੁਹਾਡੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਿਸੇ ਨੂੰ ਵੀ ਇਹ ਅਗਰ ਪ੍ਰੋਬਲਮ ਹੈ, ਉਹਨਾਂ ਨੂੰ ਵੀ ਤੁਸੀਂ ਇਹ ਵੀਡੀਓ ਜ਼ਰੂਰ ਸੈਂਡ ਕਰੋ ਤਾਂ ਕਿ ਉਹ ਵੀ
ਇਹਨਾਂ ਗੱਲਾਂ ਨੂੰ ਅਪਣਾਉਣ। ਸਰ ਨੇ ਜੋ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ, ਘਰੇਲੂ ਨੁਸਖੇ ਵੀ ਦੱਸੇ ਨੇ, ਅਤੇ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਹੋਏ ਉਹ ਵੀ ਮਾਈਗ੍ਰੇਨ ਤੋਂ ਰਾਹਤ ਪਾ ਸਕਣ, ਮਾਈਗ੍ਰੇਨ ਤੋਂ ਹੋਣ ਵਾਲੇ ਤੇਜ਼ ਸਿਰਦਰਦ ਤੋਂ ਰਾਹਤ ਪਾ ਸਕਣ। ਸੋ ਅੱਗੋਂ ਵੀ ਇਸੇ ਤਰ੍ਹਾਂ ਨਾਲ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਪਰ ਜੇਕਰ ਤੁਸੀਂ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਜੀ ਸਾਡਾ ਚੈਨਲ, ਤਾਂ ਫਟਾਫਟ ਸਬਸਕ੍ਰਾਈਬ ਕਰ ਲਓ, ਨਾਲ ਹੀ ਜੋ ਬੈਲ ਆਈਕਨ ਹੈ ਉਸਨੂੰ ਵੀ ਦਬਾ ਦਿਓ, ਤਾਂ ਕਿ ਹਰੇਕ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਟਾਈਮਲੀ ਪਹੁੰਚਦੇ ਰਹੇ। ਮਿਲਾਂਗੇ ਜਲਦੀ ਹੀ, ਫਿਲਹਾਲ ਲਈ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।